ਚਲੋ ਬੁਲਾਵਾ ਆਇਆ ਹੈ, ਮਾਤਾ ਨੇ ਬੁਲਾਇਆ ਹੈ। ਜੇ ਮਾਤਾ ਦੀ ਬਿਨਾਂ ਬੁਲਾਵੇ ਤੋਂ ਅਸੀਂ ਜਾ ਵੀ ਨਹੀਂ ਸਕਦੇ, ਅਤੇ ਸਵੇਰੇ ਸਵੇਰੇ ਤਿਆਰੀਆਂ ਹੋ ਰਹੀਆਂ ਨਾਸ਼ਤੇ ਦੀਆਂ ਫਟਾਫਟ, ਹੈ ਨਾ। ਅਤੇ ਜਿਵੇਂ ਤੁਹਾਨੂੰ ਪਤਾ ਅਸੀਂ ਵੈਸ਼ਨੋ ਮਾਤਾ ਜਾਣਾ ਹੈਗਾ, ਸਵੀਟੀ ਵੀ ਨਾਲ ਨਾਲ ਕੰਮ ਕਰਾਈ ਜਾ ਰਹੀ ਹੈ, ਹੈ ਨਾ। ਅਤੇ ਭਾਬੀ ਜੀ ਤੁਹਾਨੂੰ ਸਾਰਿਆਂ ਨੂੰ ਕਹਿ ਰਹੇ ਹੈ ਕਿ ਤੁਸੀਂ ਵੀ ਆਓ, ਨਾਸ਼ਤਾ ਸਾਰੇ ਜਾਣੇ ਕਰੋ, ਹੈ ਨਾ। ਤਿਆਰ ਹੋ ਚੁੱਕੇ ਸਾਰੇ, ਅਤੇ ਬਸ ਨਾਸ਼ਤਾ ਕਰਨ ਤੋਂ ਬਾਅਦ ਹੀ ਜਾਣਾ। ਕਾਫੀ ਲੇਟ ਹੋ ਗਏ ਸੀ, ਅਸੀਂ ਸੋਚਿਆ ਸੀ 4-5 ਵਜੇ ਨਿਕਲ ਜਾਵਾਂਗੇ, ਹੈ ਨਾ। ਪਰ ਕਈ ਵਾਰ ਨਾ ਆਪਾਂ ਬਾਹਰ ਜਾ ਕੇ ਜ਼ਿਆਦਾ ਹੀ ਸੁਸਤੀ ਪਾਉਣ ਲੱਗ ਜਾਂਦੇ ਹੈਗੇ, ਇਹਨਾਂ ਦੇ ਬ੍ਰਦਰ ਹੈਗੇ ਆ, ਅਤੇ ਹੈ ਨਾ, ਇੰਨੀ ਸੁਸਤੀ ਪਾਣੀ ਨਹੀਂ ਚਾਹੀਦੀ ਹੈਗੀ ਜਿੰਨੀ ਅਸੀਂ ਪਾ ਕੇ ਬੈਠ ਜਾਂਦੇ ਹਾਂ। ਲਓ ਜੀ, ਫਾਈਨਲੀ ਅਸੀਂ ਤਿਆਰ ਹੋ ਚੁੱਕੇ ਹਾਂ, ਅਤੇ ਕਿਵੇਂ ਜਾਵਾਂਗੇ ਉਹ ਅੱਗੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਦੀ ਹੈਗੀ ਹਾਂ, ਹੈ ਨਾ। ਚਲੋ ਜੀ, ਫਿਰ ਕਰੀਏ ਤਿਆਰੀ ਜਾਣ ਦੀ, ਹੈ ਨਾ। ਅੱਗੇ ਅੱਗੇ ਜਾਵਾਂਗੇ, ਅਤੇ ਘਰ ਤੋਂ ਪਹਿਲਾਂ ਅਸੀਂ ਆਟੋ ਲਿਆ, ਹੈ ਨਾ। ਆਟੋ 'ਤੇ ਫਿਰ ਅਸੀਂ ਉਸ ਤੋਂ ਬਾਅਦ ਆਟੋ 'ਤੇ ਗਏ ਅਸੀਂ ਕੈਬ 'ਤੇ, ਹੈ ਨਾ। ਕੈਬ ਕਰਾਈ ਅਸੀਂ ਕਟਰਾ ਵਾਸਤੇ, ਫਿਰ ਉਸ ਤੋਂ ਬਾਅਦ ਅਸੀਂ ਜੀ ਵੈਸ਼ਨੋ ਮਾਤਾ ਦੇ ਪਹੁੰਚਣ ਵਾਲੇ ਹੈਗੇ ਹਾਂ। ਅਤੇ ਇਹ ਰਸਤੇ ਦੀ ਵੀਡੀਓ ਹੈਗੀ ਹੈ, ਤੁਸੀਂ ਦੇਖ ਸਕਦੇ ਹੋ, ਹੈ ਨਾ। ਅਤੇ ਕਹਿੰਦੇ ਨੇ ਜਿਨ੍ਹਾਂ ਰਸਤਿਆਂ 'ਤੇ ਅਸੀਂ ਚੱਲਣ ਬਾਰੇ ਕਦੇ ਕਦੇ ਸੋਚਦੇ ਹਾਂ, ਹੈ ਨਾ, ਅਤੇ ਮੂੰਹ 'ਚੋਂ ਕੱਢ ਤਾਂ ਲੈਂਦੇ ਹਾਂ, ਪਰ ਉਹ ਚੀਜ਼ਾਂ ਪੂਰੀਆਂ ਕਰਨੀਆਂ ਸਾਨੂੰ ਔਖੀਆਂ ਹੋ ਜਾਂਦੀਆਂ ਹੈਗੀਆਂ। ਅਤੇ ਮਾਤਾ ਵੈਸ਼ਨੋ ਮਾਂ ਦੇ ਜਾਣ ਦਾ ਬੜੀ ਦੇਰ ਦਾ ਸੋਚਿਆ ਹੋਇਆ ਸੀ, ਜਿਵੇਂ ਮੈਂ ਤੁਹਾਨੂੰ ਅਕਸਰ ਵੀਡੀਓ ਦੇ ਵਿੱਚ ਦੱਸਦੀ ਹੁੰਦੀ ਹਾਂ। ਅਤੇ ਹਜੇ ਬੁਲਾਵਾ ਨਹੀਂ ਆਇਆ ਸੀਗਾ, ਬੁਲਾਵੇ ਤੋਂ ਬਿਨਾਂ ਅਸੀਂ ਜਾ ਵੀ ਨਹੀਂ ਸਕਦੇ ਹੈਗੇ, ਹੈ ਨਾ। ਅਤੇ ਇਹ ਦੇਖ ਲਓ ਜੀ, ਰਸਤੇ ਦਾ ਜਿਹੜਾ ਵਿਊ ਹੈ ਨਾ, ਇੰਨਾ ਅੱਛਾ ਸੀ, ਬਹੁਤ ਹੀ ਅੱਛਾ ਸੀ। ਜ਼ਿਆਦਾ ਵੀਡੀਓ ਵੱਡੀ ਹੋ ਜਾਂਦੀ, ਇਸ ਕਰਕੇ ਮੈਂ ਪੂਰਾ ਵਿਊ ਨਹੀਂ ਲੈ ਪਾਈ। ਕੁਛ ਚਲਦੀ ਗੱਡੀ ਦੇ ਵਿੱਚ, ਹੈ ਨਾ, ਜਿੰਨਾ ਕਿ ਕਵਰ ਹੁੰਦਾ ਉਨਾ ਕੀ ਆਪਾਂ ਕਰ ਲੈਂਦੇ ਹੈਗੇ ਹਾਂ। ਅਤੇ ਮੈਂ ਪਹਿਲੀ ਵਾਰ ਆਈ ਸੀਗੀ ਜੰਮੂ ਸ਼ਹਿਰ, ਹੈ ਨਾ, ਅਤੇ ਵੈਸ਼ਨੋ ਮਾਤਾ 'ਤੇ। ਅਤੇ ਜਿਵੇਂ ਮੈਂ ਤੁਹਾਨੂੰ ਪਿਛਲੇ ਵਲੋਗ ਦੇ ਵਿੱਚ ਦੱਸਿਆ, ਮੈਂ ਆਪਣੀ ਫਰੈਂਡ ਸਵੀਟੀ ਦੇ ਨਾਲ ਆਈ ਸੀਗੀ, ਹੈ ਨਾ। ਅਤੇ ਇਹ ਤਾਂ ਹਰੇਕ ਸਾਲ ਹੀ ਆਉਂਦੇ ਹੈਗੇ ਆ, ਜਿਹੜੇ ਹਰੇਕ ਸਾਲ ਆਉਂਦੇ ਨਾ, ਹਮੇਸ਼ਾ ਆਉਣਾ ਉਹਨਾਂ ਨਾਲ ਹੀ ਚਾਹੀਦਾ ਹੈਗਾ, ਕਿਉਂਕਿ ਅਣਜਾਣ ਬੰਦੇ ਨੂੰ ਬਿਲਕੁਲ ਵੀ ਨਹੀਂ ਪਤਾ ਚੱਲਦਾ, ਹੈ ਨਾ, ਅਣਜਾਣ ਸ਼ਹਿਰ ਦੇ ਵਿੱਚ ਅਸੀਂ ਕਿੱਥੇ ਜਾਣਾ, ਹੈ ਨਾ, ਪਹਿਲਾਂ ਕੀ ਕਰਨਾ ਕੀ ਨਹੀਂ ਕਰਨਾ ਹੈਗਾ। ਸੋ ਸਵੀਟੀ ਨੇ ਸਾਰੇ ਫਰਜ਼ ਆਪਣੇ ਨਿਭਾਏ, ਹੈ ਨਾ, ਅਤੇ ਮੈਨੂੰ ਇੱਕ ਇੱਕ ਚੀਜ਼ ਦੱਸਿਆ ਵੀ, ਹੈ ਨਾ, ਇੱਥੋਂ ਦੀ ਇਹ ਚੀਜ਼ ਇਹ ਮਸ਼ਹੂਰ ਹੈ, ਇਹ ਮਸ਼ਹੂਰ ਹੈ। ਬਿਨਾਂ ਦੱਸੇ ਸਾਨੂੰ ਕੀ ਪਤਾ ਚੱਲਦਾ, ਹੈ ਨਾ। ਜਿਸ ਤਰ੍ਹਾਂ ਕੋਈ ਚੰਡੀਗੜ੍ਹ ਆਵੇ, ਅਸੀਂ ਹਰੇਕ ਚੀਜ਼ ਬਾਰੇ ਦੱਸੀਏ ਤਾਂ ਹੀ ਪਤਾ ਚੱਲਦਾ ਹੈਗਾ। ਅਤੇ ਬਹੁਤ ਅੱਛਾ ਲੱਗ ਰਿਹਾ ਸੀ ਇਹ ਵਾਲਾ ਟ੍ਰਿਪ, ਹੈ ਨਾ, ਸਾਡਾ ਫਰੈਂਡਸ ਦਾ ਟ੍ਰਿਪ ਸੀਗਾ। ਹਸਬੈਂਡ ਮੇਰੇ ਨਹੀਂ ਗਏ ਸੀ, ਬੱਚੇ ਵੀ ਨਹੀਂ ਗਏ ਸੀ, ਬਸ ਮੈਂ ਔਰ ਮੇਰੀ ਫਰੈਂਡਸ ਗਏ ਸੀ, ਨਾਲ ਉਹਨਾਂ ਦੇ ਬੱਚੇ ਸੀਗੇ, ਹੈ ਨਾ। ਅਤੇ ਦੋ ਬੇਟੀਆਂ, ਜਿਵੇਂ ਤੁਹਾਨੂੰ ਮੈਂ ਦੱਸਦੀ ਹੁੰਦੀ, ਸਵੀਟੀ 'ਤੇ ਇੱਕ ਬੇਟਾ ਹੈਗਾ, ਹੈ ਨਾ, ਨਾਲ ਇੱਕ ਮੇਰੀ ਹੋਰ ਫਰੈਂਡ ਸੀਗੀ, ਜਿਹੜੇ ਅਸੀਂ ਅਕਸਰ, ਹੈ ਨਾ, ਤੁਹਾਡੇ ਨਾਲ ਵੀਡੀਓ ਅਸੀਂ ਸ਼ੇਅਰ ਕਰਦੇ ਹੁੰਦੇ ਹਾਂ। ਅਤੇ ਬਹੁਤ ਅੱਛਾ ਸਾਡਾ ਇਹ ਫਰੈਂਡ ਸਰਕਲ ਦਾ ਜਿਹੜਾ ਗਰੁੱਪ ਬਣਿਆ ਹੋਇਆ। ਅਤੇ ਹੁਣ ਦੇਖ ਲਓ ਅਸੀਂ, ਦੇਖ ਲਓ ਜੀ, ਅਸੀਂ ਪਹੁੰਚ ਚੁੱਕੇ ਹਾਂ, ਵੈਸ਼ਨੋ ਮਾਤਾ ਦੀ ਐਂਟਰੀ ਕਰ ਚੁੱਕੇ ਹਾਂ, ਹੈ ਨਾ। ਅਤੇ ਹੁਣ ਚੜ੍ਹਾਈਆਂ ਚੜ੍ਹਨ ਦੀ ਤਿਆਰੀ ਕਰ ਰਹੇ ਹੈਗੇ ਹਾਂ। ਪਹਿਲਾਂ ਦੇਖ ਲਓ ਜੀ, ਅਸੀਂ ਆਈ ਕਾਰਡ, ਹੈ ਨਾ, ਆਪਣੇ ਲਿੱਤੇ। ਅਤੇ ਇਹ ਦੇਖ ਲਓ, ਬਹੁਤ ਖੁਸ਼ੀ ਹੋ ਰਹੀ ਹੈ ਔਰ ਮਨ ਦੇ ਵਿੱਚ ਇਹ ਸ਼ੰਕਾ ਹੋ ਰਹੀ ਹੈ, ਜੈ ਮਾਤਾ ਦੀ, ਸਵੀਟੀ ਨਾਲ ਵੀ ਮਿਲੋ, ਬੱਚਿਆਂ ਨਾਲ ਵੀ ਮਿਲੋ, ਹੈ ਨਾ, ਵੀ ਪਹਿਲੀ ਵਾਰ ਜਾ ਰਹੇ ਹਾਂ, ਪਤਾ ਨਹੀਂ, ਹੈ ਨਾ, ਮਨ ਦੇ ਵਿੱਚ ਇਹ ਵੀ ਚੱਲ ਰਿਹਾ, ਚੜ੍ਹਾਈ ਪਤਾ ਨਹੀਂ ਮੈਂ ਕਿਵੇਂ ਚੜ੍ਹ ਪਾਊਂਗੀ, ਹੈ ਨਾ। ਜਿਸ ਤਰ੍ਹਾਂ ਸੁਣੀਆਂ ਸੁਣਾਈਆਂ ਗੱਲਾਂ, ਹੈ ਨਾ, ਵੈਸ਼ਨੋ ਮਾਤਾ ਦੀ ਚੜ੍ਹਾਈ ਬਹੁਤ ਹੀ ਜ਼ਿਆਦਾ ਲੰਬੀ ਹੈ, ਹੈ ਨਾ, ਅਤੇ ਬਹੁਤ ਹੀ ਜ਼ਿਆਦਾ ਵੱਡੀ ਹੈ। ਅਤੇ ਸੁਣਦੀ ਹੁੰਦੀ ਸੀ ਬਸ ਮੈਂ, ਮਤਲਬ ਸੁਣ ਸੁਣ ਕੇ ਨਾ, ਅਸੀਂ ਮੇਰੇ ਹਸਬੈਂਡ ਔਰ ਮੈਂ ਚੁੱਪ ਕਰ ਜਾਂਦੇ ਸੀਗੇ। ਮੇਰੇ ਹਸਬੈਂਡ ਇਹ ਸੋਚਦੇ ਸੀ, ਹੈ ਨਾ, ਕਿ ਮੈਂ ਚੱਲ ਪਾਊਂਗਾ ਕਿ ਨਹੀਂ, ਹੈ ਨਾ, ਅਤੇ ਮੈਂ ਨਹੀਂ ਚੱਲ ਪਾਊਂਗਾ, ਇਹ ਕਿੱਥੋਂ ਚੱਲ ਪਾਊਗੀ। ਬਸ ਇਹੀ ਸੋਚਦੇ ਸੋਚਦੇ ਅਸੀਂ, ਹੈ ਨਾ, ਕੁਛ ਸਾਲ ਇਸ ਤਰ੍ਹਾਂ
ਹੀ ਬਿਤਾ ਦੇ, ਪਰ ਫਾਈਨਲੀ ਮੈਂ ਪਹੁੰਚ ਚੁੱਕੀ ਹਾਂ, ਬਹੁਤ ਅੱਛਾ ਲੱਗ ਰਿਹਾ ਮੈਨੂੰ। ਅਤੇ ਪਿੱਛੇ ਮੈਂ ਬੈਗ ਚੱਕ ਕੇ ਹੈ ਨਾ ਚੱਲ ਰਹੀ ਹੈਗੀ ਹਾਂ। ਹਿੰਮਤ ਦੇਖ ਲਓ ਹੈ ਨਾ ਕਿੰਨੀ ਆ ਜਾਂਦੀ ਹੈ ਮਹਾਂਮਾਈ ਦੀ। ਅਤੇ ਕਹਿੰਦੇ ਨਾ ਆਪਾਂ ਐਵੇਂ ਡਰਦੇ ਰਹਿੰਦੇ ਹਾਂ ਘਰ ਬੈਠੇ ਹੈ ਨਾ ਅਸੀਂ ਜਾਵਾਂਗੇ ਕਿ ਨਹੀਂ ਜਾਵਾਂਗੇ, ਪਰ ਕਹਿੰਦੇ ਨਾ ਜਦੋਂ ਬੁਲਾਵਾ ਆਉਂਦਾ ਨਾ ਉਦੋਂ ਜਾਓ ਹੈ ਨਾ, ਫਿਰ ਤੁਸੀਂ ਅਗਲੀ ਵਾਰ ਤਿਆਰ ਹੋ ਜਾਓ ਜਾਣ ਵਾਸਤੇ। ਕਹਿੰਦੇ ਜਦੋਂ ਇੱਕ ਵਾਰੀ ਬੁਲਾਵਾ ਆ ਜਾਏ ਨਾ ਫਿਰ ਵਾਰ ਵਾਰ ਕਹਿੰਦੇ ਨਾ ਮਾਤਾ ਰਾਣੀ ਦਾ ਬੁਲਾਵਾ ਆਉਂਦਾ। ਅਤੇ ਇਹ ਰਸਤੇ ਦਾ ਬਾਜ਼ਾਰ ਹੈਗਾ, ਰਸਤੇ ਦੇ ਬਾਜ਼ਾਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਸੀ, ਮੇਰਾ ਜੀ ਕਰੀ ਜਾਂਦਾ ਸੀ ਆਹ ਵੀ ਦੇਖ ਲਾਂ, ਉਹ ਵੀ ਦੇਖ ਲਾਂ, ਇਹ ਵੀ ਲੈ ਲਾਂ। ਇਹ ਰਸਤੇ ਵਿੱਚ ਮੰਦਰ ਆਇਆ ਸੀ, ਇਸ ਬਾਰੇ ਵੀ ਮੈਨੂੰ ਸਵੀਟੀ ਨੇ ਹੀ ਦੱਸਿਆ ਸੀਗਾ। ਅਤੇ ਹੁਣ ਦੇਖ ਲਓ ਜੀ ਸ਼ਰਧਾਲੂ ਆਉਣੇ ਸ਼ੁਰੂ ਹੋ ਗਏ ਹੈ ਨਾ। ਅਤੇ ਕਹਿੰਦੇ ਨਾ ਪੈਦਲ ਜਿਹੜਾ ਰਸਤਾ ਹੁੰਦਾ ਮਹਾਮਾਈ ਦਾ ਹੈ ਨਾ ਚੱਲ ਕੇ ਜਾਣਾ, ਅਤੇ ਉਸ ਤੋਂ ਉੱਪਰ ਕੁਛ ਵੀ ਨਹੀਂ ਹੁੰਦਾ, ਚਾਹੇ ਅਸੀਂ ਹੈ ਨਾ ਕੋਈ ਵੀ ਸਵਾਰੀ ਕਰਾ ਲਈਏ। ਕਹਿੰਦੇ ਸਵਾਰੀ ਦੇ ਜਿਹੜਾ ਅਸਲੀ ਜਾਨ ਦਾ ਪੁੰਨ ਹੁੰਦਾ ਤਾਂ ਉਹ ਸਵਾਰੀ ਵਾਲੇ ਹੀ ਹੈ ਨਾ ਖੱਟ ਲੈਂਦੇ ਹੈਗੇ ਆ। ਅਤੇ ਰਸਤੇ ਦੀ ਜੋ ਵੀ ਵੀਡੀਓ ਹੈ ਨਾ ਬਣਾ ਰਹੀ ਹੈਗੀ ਆ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਹੀ ਹੈਗੀ ਹਾਂ। ਅਤੇ ਜਿਹੜੀਆਂ ਵੀ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੁਸੀਂ ਵੀ ਮੈਨੂੰ ਉਸ ਚੀਜ਼ਾਂ ਬਾਰੇ ਜ਼ਰੂਰ ਦੱਸਿਓ, ਕਿਉਂਕਿ ਮੈਂ ਤਾਂ ਪਹਿਲੀ ਵਾਰ ਗਈ ਹਾਂ ਹੈ ਨਾ। ਅਤੇ ਰਸਤੇ ਦੇ ਵਿੱਚ ਇਹ ਸ਼ੋਪ ਸੀਗੀ ਹੈ ਨਾ, ਅਤੇ ਇੱਥੇ ORX ਮਤਲਬ ਸਪੈਸ਼ਲ ਮੈਨੂੰ ਬਹੁਤ ਅੱਛੀ ਲੱਗੀ ਵੀਡੀਓ, ਤਾਂ ਹੀ ਮੈਂ ਕਲਿੱਪ ਹੈ ਨਾ ਬਣਾਇਆ ਕਿ ਕੋਕ ਹੈ ਨਾ ਜਾਂ ਫਿਰ ਲਿਮਕਾ ਠੰਡਾ ਪਾਣੀ ਇਹ ਤਾਂ ਚੀਜ਼ਾਂ ਹੁੰਦੀਆਂ, ਪਰ ਕਹਿੰਦੇ ਨੇ ਜਿਹੜੀ ਆਪਣੀ ਬੋਡੀ ਨੂੰ ਅਸਲੀ ਐਨਰਜੀ ਦੇਣੀ ਹੈ ਨਾ ਉਹ। ਬਹੁਤ ਗਰਮੀ ਹੈ, ਗਰਮੀ ਜ਼ਿਆਦਾ ਹੈ, ਰੁਕ ਰੁਕ ਕੇ ਅਸੀਂ ਜਾ ਰਹੇ ਹੈਗੇ ਹਾਂ, ਹੁਣ ਲੱਕੜ ਪਿੱਛੜ ਹੋਏ ਹਾਂ, ਪਹਿਲਾਂ ਨਾਲ ਨਾਲ ਹੀ ਜਾ ਰਹੇ ਸੀਗੇ। ਸ਼ਰਧਾਲੂ ਨਾ ਘੋੜਿਆਂ 'ਤੇ ਚੜ੍ਹ ਚੜ੍ਹ ਕੇ ਜਾਈ ਜਾਂਦੇ ਆ, ਪਰ ਪੈਦਲ ਦੀ ਯਾਤਰਾ ਪੈਦਲ ਦੀ ਹੁੰਦੀ ਹੈ ਹੈ ਨਾ। ਥੋੜ੍ਹੀ ਦੇਰ ਸਾਹ ਲੈ ਕੇ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਕਰਦੇ ਕਰਦੇ ਪਹੁੰਚ ਜਾਵਾਂਗੇ ਮਾਤਾ ਦੇ ਦਰਬਾਰ 'ਚ ਹੈ ਨਾ। ਅਤੇ ਅੱਜ ਦਾ ਵਲੋਗ ਜ਼ਿਆਦਾ ਨਹੀਂ ਆਊਗਾ, ਬਸ ਇਸ ਤਰ੍ਹਾਂ ਹੀ ਆਊਗਾ, ਪਾਣੀ ਪੀਂਦੇ ਜਾਂਦੇ ਹਾਂ ਹੈ ਨਾ, ਅਤੇ ਪਾਣੀ ਪੀ ਕੇ ਅੱਗੇ ਸਫ਼ਰ। ਜਿਸ ਤਰ੍ਹਾਂ ਮੈਂ ਗੱਲ ਕਰ ਰਹੀ ਸੀਗੀ ਹੈ ਨਾ ਕਿ ਜਿਹੜੀ ਅਸਲੀ ਬੋਡੀ ਨੂੰ ਐਨਰਜੀ ਦੇਣੀ ਹੈ ਨਾ ਉਹ ਇਸੇ ਡਰਿੰਕ ਨੇ ਹੀ ਦੇਣੀ ਹੈ। ਫਿਰ ਦੇਖ ਲਓ ਜੀ ਅਸੀਂ ਇੱਕ ਇੱਕ ਡਰਿੰਕ ਪੀਤੀ ਹੈ ਨਾ, ਅਤੇ ਬਹੁਤ ਅੱਛਾ ਲੱਗ ਰਿਹਾ ਸੀ। ਕਹਿੰਦੇ ਨਾ ਬਾਰ ਬਾਰ ਇੰਨੀ ਗਰਮੀ, ਜਿਵੇਂ ਮੈਂ ਦੱਸ ਰਹੀ ਹਾਂ ਇੰਨੀ ਗਰਮੀ ਸੀ, ਪਤਾ ਹੀ ਨਹੀਂ ਚੱਲ ਰਿਹਾ ਸੀ ਚੰਡੀਗੜ੍ਹ ਦਾ ਵੈਦਰ ਹੈ ਨਾ ਜਾਂ ਜੰਮੂ ਦਾ ਵੈਦਰ ਹੈ। ਅਤੇ ਬਹੁਤ ਮਤਲਬ ਕਹਿੰਦੇ ਨਾ ਫਰਕ ਹੋਣਾ ਚਾਹੀਦਾ, ਅਤੇ ਫਰਕ ਬਿਲਕੁਲ ਵੀ ਨਹੀਂ ਸੀ। ਪਰ ਅੱਜ ਕੱਲ੍ਹ ਦੀ ਜਿਹੜੀ ਚੜ੍ਹਾਈ ਹੈ ਨਾ, ਜਿਸ ਤਰ੍ਹਾਂ ਮੇਰੇ ਹਸਬੈਂਡ ਕਹਿੰਦੇ ਸੀਗੇ ਹੈ ਨਾ ਵੀ ਕਿਉਂਕਿ ਇਹ ਤਾਂ ਕਾਫੀ ਦੇਰ ਪਹਿਲਾਂ ਦੀਆਂ ਗੱਲਾਂ ਹੈ ਨਾ, ਜਿਵੇਂ ਸੁਣੀਆਂ ਸੁਣਾਈਆਂ ਕਰਦੇ ਆ ਮੇਰੇ ਨਾਲ, ਅਸੀਂ ਇੱਕ ਆਪਸ ਦੇ ਵਿੱਚ ਹੀ ਡਿਸਕਸ ਕਰਦੇ ਹਾਂ, ਪਰ ਇੰਨੀ ਕਹਿੰਦੇ ਨਾ ਇੰਪਰੂਵਮੈਂਟ ਹੋ ਜੂਗੀ ਹੈ ਨਾ ਚੜ੍ਹਾਈ ਚੜ੍ਹਨ 'ਤੇ ਵੀ। ਅਲੱਗ ਅਲੱਗ ਜਗ੍ਹਾ 'ਤੇ ਸਾਨੂੰ ਸਟੋਲ ਮਿਲਣਗੇ ਹੈ ਨਾ, ਖਾਣ ਪੀਣ ਵਾਲੇ, ਫਰੂਟਸ ਵਾਲੇ, ਜੂਸ ਵਾਲੇ ਹੈ ਨਾ, ਅਲੱਗ ਅਲੱਗ ਜਗ੍ਹਾ 'ਤੇ ਵਾਟਰ ਕੂਲਰ 'ਚ ਮਤਲਬ ਲੱਗੇ ਹੁੰਦੇ ਹੈ ਨਾ, ਤੁਸੀਂ ਪਾਣੀ ਭਰੋ ਪੀਓ ਅਤੇ ਰਸਤੇ 'ਚ ਖਾਣਾ ਹੈ ਨਾ ਜਿਵੇਂ ਮਰਜ਼ੀ ਤੁਸੀਂ ਖਾ ਲਓ। ਇੱਥੇ ਵੀ ਖਾਣੇ ਦੇ ਰੇਟ ਬਹੁਤ ਸਸਤੇ ਸੀ, ਹਰੇਕ ਕੋਈ ਖਾ ਸਕਦਾ ਹੈਗਾ, ਅਤੇ ਉਹੀ ਅੱਛਾ ਹੁੰਦਾ ਹੈ ਨਾ ਜੋ ਅਸੀਂ ਸਾਰੇ ਜਣੇ ਮਤਲਬ ਚੀਜ਼ਾਂ ਖਾ ਸਕੀਏ। ਅਤੇ ਇਹ ਰੇਟ ਹੈ, ਤੁਹਾਨੂੰ ਰੇਟ ਲਿਸਟ ਵੀ ਮੈਂ ਦਿਖਾਤੀ ਹੋਈ ਹੈ ਮੇਰੇ ਵਾਂਗੂ ਹੈ ਨਾ, ਹੋਰ ਵੀ ਕਈ ਸ਼ਰਧਾਲੂ ਹੈ ਜਿਹੜੇ ਨਹੀਂ ਗਏ ਹਜੇ ਤੱਕ ਹੈ ਨਾ, ਪਰ ਜੋ ਵੀ ਚੀਜ਼ਾਂ ਹੈਗੀਆਂ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ, ਘਬਰਾਉਣਾ ਨਹੀਂ ਚਾਹੀਦਾ ਹੈ ਨਾ। ਅਤੇ ਮੈਂ ਹਮੇਸ਼ਾ ਇਹੀ ਕਹਿੰਦੀ ਹੁੰਦੀ ਹਾਂ ਕਿ ਮੇਰੇ ਕੋਲ ਚੜ੍ਹਿਆ ਨਹੀਂ ਜਾਂਦਾ ਹੈ ਨਾ ਪੌੜੀਆਂ ਜਾਂ ਫਿਰ ਮੇਰੇ ਦਰਦਾਂ ਹੁੰਦੀਆਂ, ਪਰ ਬਿਲਕੁਲ ਵੀ ਉੱਥੇ ਕੁਛ ਵੀ ਨਹੀਂ ਹੋਇਆ। ਇੱਥੋਂ ਸਾਡੀ ਬੋਡੀ ਫਿੱਟ ਨਜ਼ਰ ਆਉਣ ਲੱਗ ਜਾਂਦੀ ਹੈ ਜਦੋਂ ਸਾਨੂੰ ਕੋਈ ਵੀ ਪ੍ਰੋਬਲਮ ਨਾ ਨਜ਼ਰ ਆਵੇ। ਮਹਾਮਾਈ ਦੇ ਦਰ
ਦਰਬਾਰ 'ਤੇ ਜਾ ਕੇ ਦੇਖ ਲਓ ਜੀ, ਸ਼ਰਧਾਲੂ ਕਿੰਨੇ ਖੁਸ਼ ਹੋ ਜਾਂਦੇ ਹੈਗੇ ਆ, ਹੈ ਨਾ। ਅਤੇ ਡਰਨਾ ਬਿਲਕੁਲ ਵੀ ਨਹੀਂ ਚਾਹੀਦਾ ਕਿ ਇੰਨੀ ਵੱਡੀ ਚੜ੍ਹਾਈ ਹੈ, ਅਤੇ ਅਲੱਗ ਅਲੱਗ ਜਗ੍ਹਾ 'ਤੇ ਦੇਖ ਲਓ ਸੇਵਾ ਚੱਲ ਰਹੀ ਹੈ, ਅਤੇ ਮੌਸਮ ਇੰਨਾ ਅੱਛਾ ਇੱਕੋਦਮ ਹੋ ਜਾਂਦਾ ਰਸਤੇ ਦੇ ਵਿੱਚ, ਪਤਾ ਨਹੀਂ ਭਾਈ ਕਿੰਨੀ ਵਾਰ ਮੌਸਮ ਚੇਂਜ ਹੋ ਗਿਆ, ਅਤੇ ਪਸੀਨੇ ਵੀ ਇੰਨੇ ਆ ਰਹੇ ਸੀ। ਔਰ ਦੇਖ ਲਓ ਤੁਸੀਂ, ਹਰੇਕ ਜਗ੍ਹਾ ਪਾਣੀ ਦੀ ਸੁਵਿਧਾ ਹੈਗੀ ਹੈ, ਹੈ ਨਾ। ਠੰਡੀ ਠੰਡੀ ਹਵਾ ਚੱਲ ਰਹੀ ਹੈ, ਸ਼ਰਧਾਲੂ ਹੈ ਨਾ ਚਾਦਰਾਂ ਵਿਛਾ ਕੇ ਇਸ ਤਰ੍ਹਾਂ ਬੈਠੇ ਹੋਏ ਹੈ, ਅਤੇ ਬਹੁਤ ਅੱਛਾ ਲੱਗ ਰਿਹਾ ਸੀ ਮੈਨੂੰ। ਅਸੀਂ ਵੀ ਬੈਠ ਬੈਠ ਕੇ ਗਏ ਸੀਗੇ, ਹੈ ਨਾ। ਅਤੇ ਹਰੇਕ ਚੀਜ਼ ਦਾ ਜਿਹੜਾ ਵੀ ਕਲਿੱਪ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਹੀ ਹੈਗੀ ਹਾਂ, ਹੈ ਨਾ। ਅਤੇ ਇਹ ਮੈਂ ਇਸ ਕਰਕੇ ਕਰ ਰਹੀ ਹੈਗੀ ਹਾਂ, ਹੈ ਨਾ, ਕਈ ਵਾਰ ਨਾ ਆਪਾਂ ਜਾਣ ਬਾਰੇ ਹੀ ਸੋਚਦੇ ਸੋਚਦੇ ਇੰਨੇ ਸਾਲ ਲਗਾ ਦਿੰਦੇ ਹੈਗੇ ਹਾਂ ਮੇਰੇ ਵਾਂਗੂ, ਹੈ ਨਾ। ਅਤੇ ਆਪਾਂ ਸੋਚ ਲੈਂਦੇ ਹਾਏ, ਹੈ ਨਾ, ਮੈਨੂੰ ਇਹੀ ਮਤਲਬ ਸੁਣਨ ਨੂੰ ਮਿਲਦਾ ਸੀ, ਵੈਸ਼ਨੋ ਮਾਤਾ ਦੀ ਚੜ੍ਹਾਈ ਤੁਸੀਂ ਚੜ੍ਹੇ ਹੋ, ਹੈ ਨਾ। ਫਿਰ ਮਨ ਦੇ ਵਿੱਚ ਆਪਣੇ ਡਰ ਬੈਠ ਜਾਂਦਾ, ਪਤਾ ਨਹੀਂ ਕਿੰਨੀ ਕੁ ਵੱਡੀ ਚੜ੍ਹਾਈ ਹੈ ਜਾਂ ਅਸੀਂ ਚੜ੍ਹ ਨਹੀਂ ਪਾਵਾਂਗੇ। ਔਰ ਮੈਂ ਤਾਂ ਕਦੇ ਵੀ ਨਹੀਂ ਸੀ ਸੋਚਿਆ, ਤੁਹਾਨੂੰ ਮੈਂ ਸੱਚ ਦੱਸਾਂ, ਕਿ ਮੈਂ ਵੈਸ਼ਨੋ ਮਾਤਾ 'ਤੇ ਜਾਊਂਗੀ, ਅਤੇ ਕਦੋਂ ਬੁਲਾਵਾ ਆਊਗਾ, ਹੈ ਨਾ। ਅਤੇ ਮੈਂ ਇਹ ਸੋਚਦੀ ਸੀ ਹੈਲੀਕਾਪਟਰ 'ਤੇ, ਹੈ ਨਾ, ਜਿਵੇਂ ਆਪਾਂ ਸੋਚਦੇ ਚਲੇ ਜਾਈਏ, ਜਾਂ ਫਿਰ, ਹੈ ਨਾ, ਹੋਰ ਵੀ ਕਈ ਤਰ੍ਹਾਂ ਦੀਆਂ ਸਵਾਰੀਆਂ ਹੁੰਦੀਆਂ, ਉੱਥੇ ਚਲੇ ਜਾਈਏ। ਪਰ ਕਹਿੰਦੇ ਨਾ ਰਸਤਾ ਪੈਦਲ ਹੀ ਮੈਂ ਤੈਅ ਕਰਨਾ ਚਾਹੁੰਦੀ ਸੀ, ਸੋ ਅੱਜ ਉਹ ਰਸਤਾ ਮੇਰੇ ਕੋਲ ਪੈਦਲ ਤੈਅ ਹੋਇਆ, ਹੈ ਨਾ। ਅਤੇ ਬਹੁਤ ਅੱਛਾ ਲੱਗਿਆ, ਥੋੜ੍ਹੀ ਥੋੜ੍ਹੀ ਦੇਰ ਤੱਕ, ਹੈ ਨਾ, ਰੁਕਦੇ ਜਾਓ, ਕੁਛ ਖਾਂਦੇ ਪੀਂਦੇ ਜਾਓ, ਹੈ ਨਾ, ਅਤੇ ਪਾਣੀ ਪੀਂਦੇ ਜਾਓ। ਗਰਮੀ ਬਹੁਤ ਹੈ, ਬਹੁਤ ਗਰਮੀ ਹੈ, ਅਤੇ ਕਹਿੰਦੇ ਨਾ ਠੰਡਾ ਮੌਸਮ ਹੁੰਦਾ, ਠੰਡਾ ਮੌਸਮ ਇੱਕੋਦਮ ਚੇਂਜ ਹੁੰਦਾ ਨਾ, ਜਦੋਂ ਬਰਸਾਤ ਵੀ ਆ ਜਾਂਦੀ ਹੈ। ਅਤੇ ਪਹਾੜੀਆਂ ਦੇਖ ਲਓ ਜੀ, ਕਿੱਥੇ ਕਿੱਥੇ, ਹੈ ਨਾ, ਅਸੀਂ ਚੜ੍ਹਾਈ ਚੜ੍ਹੇ ਅਤੇ ਬਿਲਕੁਲ ਵੀ ਸਾਨੂੰ ਪਤਾ ਨਹੀਂ ਚੱਲਿਆ ਹੈਗਾ। ਅਤੇ ਕਹਿੰਦੇ ਨਾ ਚੜ੍ਹਾਈ ਇੰਨੀ ਮਤਲਬ ਉੱਚੀ ਹੋਣ ਦੇ ਬਾਵਜੂਦ ਵੀ ਬਿਲਕੁਲ ਵੀ ਬੋਡੀ ਨੂੰ ਇੰਨੀ ਥਕਾਵਟ, ਕਹਿੰਦੇ ਨਾ, ਹੋ ਜਾਂਦੀ, ਬਿਲਕੁਲ ਵੀ ਥਕਾਵਟ ਨਹੀਂ ਹੋਈ ਹੈਗੀ। ਅਤੇ ਜੋ ਜੋ ਵੀ, ਹੈ ਨਾ, ਬਾਹਰਲਾ ਅਸੀਂ ਵਿਊ ਦੇਖ ਰਹੇ ਸੀਗੇ, ਬਿਲਕੁਲ ਇਸ ਤਰ੍ਹਾਂ ਲੱਗ ਰਿਹਾ ਸੀ, ਬਿਲਕੁਲ ਸ਼ਾਂਤ, ਹੈ ਨਾ। ਅਤੇ ਅਸੀਂ ਕਿਸ ਤਰ੍ਹਾਂ ਚੜ੍ਹ ਰਹੇ ਹੈਗੇ ਹਾਂ, ਅਤੇ ਜਦੋਂ ਅਸੀਂ ਚੜ੍ਹਾਈ ਚੜ੍ਹ ਕੇ, ਹੈ ਨਾ, ਮਤਲਬ ਮਾਤਾ ਦੇ ਦਰਬਾਰ 'ਤੇ ਪਹੁੰਚੇ, ਉਹ ਅੱਗੇ ਤੁਹਾਨੂੰ ਕਲਿੱਪ ਦੇਖਣ ਨੂੰ ਮਿਲੂਗਾ, ਹੈ ਨਾ। ਅਤੇ ਇੰਨਾ ਨਜ਼ਾਰਾ ਦੇਖਣ ਲਾਇਕ ਸੀ, ਬਹੁਤ ਹੀ ਨਜ਼ਾਰਾ ਦੇਖਣ ਲਾਇਕ ਸੀ। ਜੀ ਕਰਦਾ ਸੀ, ਹੈ ਨਾ, ਇੱਥੇ ਹੀ ਬੈਠ ਜਾਈਏ, ਹਫ਼ਤਾ 10 ਦਿਨ, ਹੈ ਨਾ, ਇੱਥੇ ਇੰਜੋਏ ਕਰੀਏ, ਮਸਤੀ ਕਰੀਏ, ਅਤੇ ਉੱਚੇ ਉੱਚੇ ਪਹਾੜਾਂ ਨੂੰ ਦੇਖੀ ਜਾਈਏ, ਹੈ ਨਾ। ਅਤੇ ਕਹਿੰਦੇ ਨਾ ਕੋਈ ਵੀ ਚੀਜ਼, ਹੈ ਨਾ, ਅਗਰ ਅਸੀਂ ਆਪਣੇ ਦਿਮਾਗ ਦੇ ਵਿੱਚ ਬਿਠਾ ਲਈਏ ਨਾ, ਅਸੀਂ ਇਹ ਕੰਮ ਕਰਕੇ ਹੀ ਹਟਾਂਗੇ, ਹੈ ਨਾ, ਅਤੇ ਉਹ ਅੱਜ ਨਹੀਂ, ਕੱਲ੍ਹ, ਕੱਲ੍ਹ ਨਹੀਂ, ਪਰਸੋਂ, ਪਰਸੋਂ ਨਹੀਂ, ਨਰਸੋਂ, ਕਦੇ ਨਾ ਕਦੇ ਉਹ ਸਾਡਾ ਪੂਰਾ ਹੋ ਜਾਂਦਾ ਹੈ। ਅਤੇ ਇਹ ਦੇਖ ਲਓ ਜੀ, ਸੋਟੀਆਂ ਅਸੀਂ ਹੱਥ ਦੇ ਵਿੱਚ ਫੜੀਆਂ, ਹੈ ਨਾ, ਅਤੇ ਚੜ੍ਹਾਈ ਚੜ੍ਹਨੀ ਸ਼ੁਰੂ ਕਰਤੀ। ਅਤੇ ਪਰ ਕਹਿੰਦੇ ਨਾ ਇੱਕ ਜਦੋਂ ਅਸੀਂ ਉੱਪਰ ਦੇਖਣ ਲੱਗ ਜਾਂਦੇ ਹਾਂ ਨਾ, ਵੀ ਦਰਬਾਰ ਉੱਥੇ ਹੈ, ਹੈ ਨਾ, ਫਿਰ ਸਾਨੂੰ ਰਸਤਾ ਤੈਅ ਕਰਨਾ ਔਖਾ ਹੋ ਜਾਂਦਾ। ਬਸ ਕਹਿੰਦੇ ਨਾ ਪੌੜੀ ਪੌੜੀ ਚੜ੍ਹਦਾ ਜਾ, ਜੈ ਮਾਤਾ ਆਦਿ ਕਰਦਾ ਜਾ, ਬਸ ਇੰਨਾ ਕੰਮ ਕਰਨਾ, ਹੈ ਨਾ, ਦੋ ਚੀਜ਼ਾਂ ਕਰਨੀਆਂ ਹੈਗੀਆਂ, ਅਤੇ ਸਾਨੂੰ ਚੜ੍ਹਾਈ ਦਾ ਬਿਲਕੁਲ ਵੀ ਨਹੀਂ ਪਤਾ ਚੱਲਦਾ ਹੈਗਾ। ਅਤੇ ਆਪਣੀ ਗੱਲਾਂ ਦੇ ਵਿੱਚ, ਹੈ ਨਾ, ਅਤੇ ਮਸਤ ਰਹੋ, ਇਹ ਨਾ ਸੋਚੋ ਅਸੀਂ ਕਿੱਥੇ ਜਾ ਰਹੇ ਹੈਗੇ ਹਾਂ। ਅਤੇ ਵਾਰ ਵਾਰ ਮੈਂ ਤਾਂ ਭਾਈ ਐਨਰਜਲ ਪਾਊਡਰ, ਹੈ ਨਾ, ਪਾਣੀ, ਇਸ ਤਰ੍ਹਾਂ ਦੀ ਚੀਜ਼ਾਂ ਪੀ ਰਹੀ ਸੀਗੀ। ਬਸ ਮੈਂ ਇਹੀ ਸੋਚਿਆ ਸੀ ਮਨ ਦੇ ਵਿੱਚ ਕਿ ਬਸ ਮੈਂ ਇਹ ਚੀਜ਼ ਕਰਕੇ ਦਿਖਾਉਣੀ ਹੈ, ਹੈ ਨਾ। ਅਤੇ ਬਹੁਤ ਖੁਸ਼ੀ ਹੋ ਰਹੀ ਸੀ, ਬਹੁਤ ਹੀ ਜ਼ਿਆਦਾ ਖੁਸ਼ੀ। ਬਹੁਤ ਵਾਰੀ ਕੋਸ਼ਿਸ਼ ਵੀ ਕੀਤੀ ਵਿੱਚ ਦੀ, ਹੈ ਨਾ, ਵੀ ਮੈਂ ਲਾਈਵ ਵੀਡੀਓ ਬਣਾਵਾਂ ਅਤੇ ਮੈਂ ਉਸੇ ਟਾਈਮ ਹੀ ਕਲਿੱਪ ਪਾਵਾਂ, ਕਿਉਂਕਿ ਇੱਥੇ ਨੈੱਟ ਨਹੀਂ ਚੱਲ ਰਿਹਾ ਸੀਗਾ, ਨੈੱਟ ਬੰਦ ਹੋ ਜਾਂਦਾ ਸੀ, ਚੱਲ ਜਾਂਦਾ ਸੀ, ਸ਼ੋਰਟ ਵੀਡੀਓ ਵੀ ਬਣਾਉਂਦੀ ਸੀ ਨਾ, ਨਹੀਂ ਪੈਂਦੀ ਸੀਗੀ। ਇਸ ਕਰਕੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਜਾ ਕੇ ਪਾਵਾਂਗੇ। ਅਤੇ ਅੱਜ ਮੈਂ ਚੰਡੀਗੜ੍ਹ ਆ ਚੁੱਕੀ ਹਾਂ ਸਵੇਰੇ, ਹੈ ਨਾ, 5 ਵਜੇ ਪਹੁੰਚ ਗਈ ਸੀਗੀ ਮੈਂ, ਅਤੇ ਮੈਂ ਇਕੱਲੀ ਵਾਪਸ ਆਈ ਹਾਂ। ਉਹਨਾਂ ਨੂੰ ਹਜੇ ਥੋੜ੍ਹਾ ਜਿਹਾ ਟਾਈਮ ਲੱਗਣਾ ਸੀਗਾ, ਅਤੇ ਮੈਂ ਇਹ ਸੋਚਿਆ, ਮੈਂ ਕਿਹਾ ਕੋਈ ਗੱਲ ਨਹੀਂ, ਤੁਸੀਂ, ਹੈ ਨਾ, ਬੈਠੋ, 1-2 ਦਿਨ ਇੰਜੋਏ ਮਸਤੀ ਕਰੋ, ਫਿਰ ਆ ਜਾਓ। ਬਸ ਮੈਨੂੰ ਇੰਨਾ ਸੀ, ਮੈਂ ਦਰਸ਼ਨ ਕਰਕੇ ਆਉਣੇ ਆ, ਜਿਹੜੇ ਕੰਮ ਵਾਸਤੇ ਮੈਂ ਗਈ ਸੀ ਉਹ ਕੰਮ ਹੋ ਚੁੱਕਿਆ ਸੀ। ਇਹ
ਕਹਿੰਦੇ ਨਾ ਇੰਜੋਏ ਮਸਤੀ ਤਾਂ ਹੈ ਨਾ ਜਦੋਂ ਅਸੀਂ ਫੈਮਿਲੀ ਨਾਲ ਜਾਂਦੇ ਹੈਗੇ ਹਾਂ ਉਦੋਂ ਹੁੰਦੀ ਹੈ ਹੈ ਨਾ, ਅਤੇ ਫਰੈਂਡਸ ਨਾਲ ਵੀ ਹੁੰਦੀ ਹੈ, ਫੈਮਿਲੀ ਨਾਲ ਵੀ ਹੁੰਦੀ ਹੈ, ਪਰ ਕਹਿੰਦੇ ਨਾ ਜਿਹੜੀਆਂ ਚੀਜ਼ਾਂ ਫਰੈਂਡ ਸਰਕਲ ਦੇ ਨਾਲ ਸਾਨੂੰ ਦੇਖਣ ਨੂੰ ਮਿਲਦੀਆਂ ਹੈ ਨਾ, ਅਸੀਂ ਉਹ ਫੈਮਿਲੀ ਦੇ ਵਿੱਚ ਜ਼ਿੰਮੇਦਾਰੀ ਦੇ ਵਿੱਚ ਹੀ ਫਸੇ ਰਹਿ ਜਾਂਦੇ ਹਾਂ, ਉਹ ਇੰਜੋਏ ਨਹੀਂ ਕਰ ਪਾਉਂਦੇ। ਅਤੇ ਇਹ ਰਾਤ ਦਾ ਵਿਊ ਹੈ, ਤੁਸੀਂ ਦੇਖ ਸਕਦੇ ਹੋ ਹੈ ਨਾ, ਲਾਈਟਿੰਗ ਲਾਈਟਿੰਗ ਹੈ ਨਾ, ਅਤੇ ਹਰੇਕ ਪਾਸੇ ਜਗਮਗ ਜਗਮ ਮਾਤਾ ਦਾ ਦਰਬਾਰ, ਅਤੇ ਬਹੁਤ ਵਧੀਆ ਨਜ਼ਾਰਾ ਸੀ, ਦੇਖਣ ਲਾਇਕ ਨਜ਼ਾਰਾ। ਸ਼ਿਵ ਗੁਫਾ ਚਲੀ ਆਇਆ, ਹੈਲੋ, ਜੈ ਮਾਤਾ ਦੀ। ਅੱਜ ਵਲੋਗ ਨਹੀਂ ਆਇਆ ਹੈ ਨਾ, ਮੈਂ ਕਿਹਾ ਲਾਈਵ ਵੀਡੀਓ ਪਾ ਦਿੰਦੀ ਹਾਂ, ਤੁਹਾਡੇ ਵੀ ਸਾਰਿਆਂ ਦੇ ਦਰਸ਼ਨ ਕਰਾ ਦਿੰਦੀ ਹਾਂ ਹੈ ਨਾ। ਅਤੇ ਹੁਣ ਅਸੀਂ ਨਾ ਦਰਸ਼ਨ ਕਰਕੇ ਆਏ ਹੈਗੇ ਹਾਂ, ਅਤੇ ਬਹੁਤ ਖੁੱਲ੍ਹੇ ਦਰਸ਼ਨ ਹੋ ਗਏ ਸਾਡੇ, ਅਤੇ ਸਵੀਟੀ ਨੇ ਮੇਰੇ ਦਰਸ਼ਨ ਕਰਾਏ, ਮੈਨੂੰ ਬਹੁਤ ਖੁਸ਼ੀ ਮਿਲੀ। ਅਤੇ ਬਾਕੀ ਸਾਰੀ ਗੱਲ ਤੁਹਾਨੂੰ ਮੈਂ ਆ ਕੇ ਦੱਸੂੰਗੀ, ਠੀਕ ਹੈ। ਅਤੇ VIP ਸਾਡੇ ਦਰਸ਼ਨ ਹੋਏ ਹੈ, ਅਤੇ ਮੈਂ ਬਹੁਤ ਖੁਸ਼ ਹਾਂ, ਪਹਿਲੀ ਵਾਰ ਵੈਸ਼ਨੋ ਮਾਤਾ ਆ ਕੇ ਬਹੁਤ ਹੀ ਜ਼ਿਆਦਾ ਖੁਸ਼ ਹਾਂ, ਹੈ ਨਾ। ਮੈਂ ਅੱਜ ਆਪਣੀ ਫਰੈਂਡ ਦੀ ਵਜ੍ਹਾ ਨਾਲ ਬਹੁਤ ਖੁਸ਼ ਹੈਗੀ ਹਾਂ, ਕਿਉਂਕਿ ਉਸਨੇ ਹੀ ਹਿੰਮਤ ਕੀਤੀ ਇੰਨੀ, ਹੈ ਨਾ, ਅਤੇ ਮੈਨੂੰ ਦਰਸ਼ਨ ਕਰਾਏ। ਨਹੀਂ ਤਾਂ ਮੈਂ ਤਾਂ ਕਦੇ ਉਮੀਦ ਵੀ ਨਹੀਂ ਰੱਖਦੀ ਸੀਗੀ ਕਿ ਮੇਰੇ ਦਰਸ਼ਨ ਹੋ ਜਾਣਗੇ, ਹੈ ਨਾ। ਅਤੇ ਬਾਕੀ ਸਾਰੀ ਗੱਲ ਮੈਂ ਕੱਲ੍ਹ ਨੂੰ ਜਾਂ ਪਰਸੋਂ ਨੂੰ, ਹੈ ਨਾ, ਪਰਸੋਂ ਸਾਡੀ ਵਾਪਸੀ ਹੋਊਗੀ, ਕਿਉਂਕਿ ਹੁਣ ਅਸੀਂ ਜੀ ਚੜ੍ਹਾਈ ਚੜ੍ਹ ਰਹੇ ਹਾਂ ਬਾਬਾ ਭੈਰੋ ਮੰਦਰ ਜਾਣ ਦੀ, ਹੈ ਨਾ। ਅਤੇ ਚੜ੍ਹਾਈ ਚੜ੍ਹਨੀ ਅਸੀਂ ਸ਼ੁਰੂ ਕਰਤੀ ਹੋਈ ਹੈ, ਅਸੀਂ ਸਾਰੇ ਜਣੇ ਅੱਗੜ ਪਿੱਛੜ ਇਸ ਕਰਕੇ ਹਾਂ ਕਿਉਂਕਿ ਕਿਸੇ ਦੀ ਸਪੀਡ ਜ਼ਿਆਦਾ ਤੇਜ਼ ਹੁੰਦੀ ਹੈ, ਕਿਸੇ ਦੀ ਘੱਟ ਹੁੰਦੀ ਹੈ। ਸਾਡੇ ਨਾਲ ਇਸ ਤਰ੍ਹਾਂ ਹੀ ਹੋ ਰਿਹਾ, ਹੈ ਨਾ। ਸਵੀਟੀ ਦੇ ਵੀ ਕਾਫੀ ਦਰਦਾਂ ਹੋ ਰਹੀਆਂ ਸੀ, ਮੇਰੇ ਵੀ ਬੋਡੀ 'ਚ ਕਾਫੀ ਦਰਦਾਂ ਹੋ ਰਹੀਆਂ ਸੀਗੀਆਂ, ਅਤੇ ਅਸੀਂ ਦੋਨੋਂ ਜਣੇ ਹੈ ਨਾ ਇਕੱਠੇ ਜਾ ਰਹੇ ਸੀ, ਅਤੇ ਪਿੱਛੇ ਮਤਲਬ ਬੱਚੇ ਔਰ ਮੇਰੀ ਦੂਸਰੀ ਫਰੈਂਡ ਆ ਉਹ ਆ ਰਹੇ ਸੀਗੇ, ਕਦੇ ਉਹ ਅੱਗੇ ਨਿਕਲੀ ਜਾ ਰਹੇ ਸੀ। ਬਸ ਆਰਾਮ ਕਰਦੇ ਕਰਦੇ ਅਸੀਂ ਚੜ੍ਹਾਈ ਮਤਲਬ ਚੜ੍ਹਨੀ ਸ਼ੁਰੂ ਕਰਤੀ, ਅਤੇ ਪਹਿਲੀ ਵਾਰ ਇਹ ਨਜ਼ਾਰਾ ਦੇਖਣ ਲਈ ਮਿਲਿਆ, ਬਹੁਤ ਅੱਛਾ ਲੱਗਿਆ। ਅਤੇ ਇਸ ਤਰ੍ਹਾਂ ਲੱਗ ਰਿਹਾ ਸੀ, ਹੈ ਨਾ, ਵੀ ਸੋਚ ਰਹੇ ਸੀ ਮਨ ਦੇ ਵਿੱਚ, ਹੈ ਨਾ, ਚੜ੍ਹਾਈ ਕਿਵੇਂ ਚੜ੍ਹਾਂਗੇ। ਅਤੇ ਪਰ ਚੜ੍ਹਾਈ ਤੋਂ ਕਦੇ ਵੀ ਡਰਨਾ ਨਹੀਂ ਚਾਹੀਦਾ, ਆਪਣੇ ਆਪ ਹੀ ਹਿੰਮਤ ਆਉਣੀ ਸ਼ੁਰੂ ਹੋ ਜਾਂਦੀ ਹੈਗੀ ਹੈ। ਅਤੇ ਜਿਸ ਤਰ੍ਹਾਂ ਆਪਾਂ ਨੂੰ, ਹੈ ਨਾ, ਕਹਿੰਦੇ ਨਾ ਇੱਕ ਸ਼ਕਤੀ ਮਿਲ ਜਾਂਦੀ ਹੈਗੀ ਹੈ, ਜੋ ਵੀ ਚੀਜ਼ ਸੋਚਦੇ ਹਾਂ, ਹੈ ਨਾ, ਮਨ ਦੇ ਅੰਦਰ ਪੋਜ਼ਿਟਿਵਿਟੀ ਬਣਾ ਕੇ ਰੱਖਦੇ ਹਾਂ, ਉਹ ਪੋਜ਼ਿਟਿਵਿਟੀ, ਹੈ ਨਾ, ਸਾਨੂੰ ਜਿੱਥੋਂ ਵੀ ਅਸੀਂ ਜਾਣਾ ਹੁੰਦਾ ਅਤੇ ਉੱਥੋਂ ਮਿਲਣੀ ਸ਼ੁਰੂ ਹੋ ਜਾਂਦੀ ਹੈ। ਕਹਿੰਦੇ ਨਾ ਬੁਲਾਵਾ ਆਉਂਦਾ ਨਾ, ਅਤੇ ਫਿਰ ਮਾਤਾ ਰਾਣੀ ਆਪਣੇ ਆਪ ਹੀ ਹਿੰਮਤ ਦੇਣੀ ਸ਼ੁਰੂ ਕਰ ਦਿੰਦੀ ਹੈ। ਅਤੇ ਸਾਨੂੰ ਨਹੀਂ ਪਤਾ ਸੀ ਅਸੀਂ ਚੜ੍ਹਾਈ ਕਿਵੇਂ ਚੜ੍ਹ ਰਹੇ ਹਾਂ, ਮੈਂ ਆਪਣੇ ਹਸਬੈਂਡ ਦੇ ਨਾਲ ਇਹ ਵੀਡੀਓ ਸ਼ੇਅਰ ਕਰ ਰਹੀ ਸੀਗੀ ਜਿੱਥੇ ਜਿੱਥੇ ਵੀ ਪਹੁੰਚ ਰਹੀ ਸੀਗੀ। ਅਤੇ ਰਸਤੇ ਦੇ ਵਿੱਚ ਮੈਂ ਨਾ ਉਹ ਸਵੀਟੀ ਫਿਸਲਣ ਲੱਗੀ ਪਈ, ਅਤੇ ਮੈਂ ਉਹਨੂੰ ਖਿੱਚਿਆ, ਅਤੇ ਉਹਦਾ ਕੜਾ ਨਾ ਮੇਰੀ ਉਂਗਲ 'ਤੇ ਵੱਜ ਗਿਆ। ਅਤੇ ਕਹਿੰਦੇ ਨਾ ਬਿਲਕੁਲ ਬੋਡੀ ਸੁੰਨ ਹੋ ਚੁੱਕੀ ਸੀਗੀ, ਪਤਾ ਨਹੀਂ ਚੱਲ ਰਿਹਾ ਸੀ ਚੜ੍ਹਾਈ ਚੜ੍ਹ ਚੜ੍ਹ ਕੇ ਕਿ ਚੋਟ ਮੇਰੇ ਲੱਗੀ ਵੀ ਹੈ ਕਿ ਨਹੀਂ ਲੱਗੀ, ਖੂਨ ਆਇਆ ਵੀ ਹੈ ਕਿ ਨਹੀਂ ਆਇਆ, ਹੈ ਨਾ। ਪਰ ਕਈ ਵਾਰ ਚੀਜ਼ਾਂ ਨੂੰ ਨਾ ਇਗਨੋਰ ਵੀ ਕਰਨਾ ਪੈਂਦਾ। ਬਸ ਮੈਂ ਪਾਣੀ ਨਾਲ ਧੋ ਲਿਆ ਸੀ, ਅਤੇ ਹੁਣ ਅਸੀਂ ਬਸ ਪਹੁੰਚਣ ਵਾਲੇ ਹਾਂ, ਹੈ ਨਾ। ਅਤੇ ਪੁੱਛਦੇ ਪੁੱਛਦੇ ਵੀ ਕਿੰਨੀ ਕੁ ਚੜ੍ਹਾਈ ਰਹਿ ਗਈ, ਵਿੱਚ ਦੀ ਰਸਤੇ 'ਚ ਬੈਠ ਬੈਠ ਕੇ ਅਸੀਂ ਜਾ ਰਹੇ ਸੀਗੇ, ਹੈ ਨਾ। ਕਈ ਸ਼ਰਧਾਲੂ ਸੋਏ ਪਏ ਸੀ, ਕਈ ਜਾਗ ਰਹੇ ਸੀ, ਕਈ ਚੜ੍ਹਾਈ ਚੜ੍ਹ ਰਹੇ ਸੀ। ਔਰ ਦੇਖ ਲਓ ਜੀ ਰਾਤ ਨੂੰ, ਹੈ ਨਾ, ਮਾਤਾ ਦੇ ਦਰਬਾਰ ਦਾ ਨਜ਼ਾਰਾ ਦੇਖ ਲਓ ਤੁਸੀਂ। ਬਸ ਕਹਿੰਦੇ ਨਾ ਇੱਕ ਦੇਖਦੇ ਦੇਖਦੇ ਮਨ ਦੇ ਵਿੱਚ ਇਹ ਗੱਲਾਂ ਆ ਰਹੀਆਂ ਸੀ, ਹੈ ਨਾ, ਕਾਸ਼, ਹੈ ਨਾ, ਅਸੀਂ ਇੱਥੇ ਹੀ ਰਹਿਣ ਲੱਗ ਜਾਈਏ, ਠੰਡੀ ਠੰਡੀ ਹਵਾ, ਅਤੇ ਮਤਲਬ ਪਤਾ ਹੀ ਨਹੀਂ ਚੱਲ ਰਿਹਾ ਸੀਗਾ, ਹੈ ਨਾ, ਕਿ ਕੂਲਰ ਜਾਂ ਪੱਖੇ ਦੀ ਲੋੜ ਹੈਗੀ ਹੈ। ਅਤੇ ਨਾ ਠੰਡ ਲੱਗ ਰਹੀ ਸੀ, ਨਾ ਗਰਮੀ ਲੱਗ ਰਹੀ ਸੀ, ਹੈ ਨਾ। ਅਤੇ ਬਹੁਤ ਅੱਛਾ ਮੌਸਮ ਸੀਗਾ, ਬਹੁਤ ਅੱਛਾ ਨਜ਼ਾਰਾ ਦੇਖਣ ਲਾਇਕ ਸੀਗਾ। ਅਤੇ ਜਗ੍ਹਾ ਜਗ੍ਹਾ ਤੋਂ ਜਿਵੇਂ ਸ਼ਰਧਾਲੂ ਆ ਰਹੇ ਆ, ਚੜ੍ਹਾਈਆਂ ਚੜ੍ਹ ਰਹੇ ਆ, ਹੈ ਨਾ, ਅਤੇ ਜੈ ਮਾਤਾ ਦੀ ਕਰਦੇ ਜਾਂਦੇ ਆ, ਬਹੁਤ ਅੱਛਾ ਲੱਗ ਰਿਹਾ, ਹੈ ਨਾ। ਅਤੇ ਇਹ ਜਿਹੜਾ
ਸਾਡਾ ਟ੍ਰਿਪ ਹੈ, ਹਮੇਸ਼ਾ ਯਾਦ ਬਣ ਕੇ ਹੈ ਨਾ ਰਹਿ ਜਾਂਦਾ ਜਦੋਂ ਅਸੀਂ ਇਸ ਨੂੰ ਹੈ ਨਾ ਬਣਾ ਕੇ ਰੱਖ ਲੈਂਦੇ ਹਾਂ ਅਤੇ ਆਪਣੇ ਕੋਲ ਰੱਖ ਲੈਂਦੇ ਹਾਂ। ਅੱਗੇ ਹੁੰਦਾ ਸੀ ਹੈ ਨਾ ਜਿਵੇਂ ਆਪਾਂ ਫੋਟੋਆਂ ਖਿਚਾਈਏ ਹੈ ਨਾ, ਉਹ ਫੋਟੋਆਂ ਰੱਖ ਲੈਂਦੇ ਸੀਗੇ, ਅਤੇ ਜਿਸ ਤਰ੍ਹਾਂ ਹੁਣ ਆਪਾਂ ਯੂਟਿਊਬ 'ਤੇ ਆ ਗਏ ਹੈ ਨਾ, ਹਮੇਸ਼ਾ ਸਾਡੀ ਵੀਡੀਓ ਇਹ ਮਤਲਬ ਸਾਨੂੰ ਦੇਖਣ ਨੂੰ ਮਿਲੂਗੀ। ਕਹਿੰਦੇ ਨੇ ਗੱਲਾਂ ਤਾਂ ਆਪਾਂ ਕਈ ਵਾਰ ਭੁੱਲ ਜਾਂਦੇ ਹਾਂ, ਪਰ ਕਹਿੰਦੇ ਨੇ ਜਦੋਂ ਅੱਖਾਂ ਨਾਲ ਦੇਖਦੇ ਹਾਂ ਨਾ ਨਜ਼ਾਰਾ ਹੈ ਨਾ, ਫਿਰ ਸਾਨੂੰ ਪੁਰਾਣੀਆਂ ਯਾਦਾਂ ਵੀ ਸਾਡੀਆਂ ਜਿਵੇਂ ਤਾਜ਼ੀਆਂ ਹੋ ਜਾਂਦੀਆਂ। ਅਤੇ ਹੁਣ ਅਸੀਂ ਥੋੜ੍ਹੀ ਦੇਰ ਬਸ ਰੈਸਟ ਕਰ ਰਹੇ ਸੀਗੇ ਹੈ ਨਾ, ਰੈਸਟ ਕਰਨ ਤੋਂ ਬਾਅਦ ਫਿਰ ਅਸੀਂ ਚੜ੍ਹ ਰਹੇ ਸੀਗੇ। ਬਸ ਇਸ ਤਰ੍ਹਾਂ ਹੀ ਸੀ ਹੈ ਨਾ, ਵੀ ਹੁਣ ਵੀ ਦਰਬਾਰ ਆਇਆ, ਹੁਣ ਵੀ ਦਰਬਾਰ ਆਇਆ ਹੈ ਨਾ, ਮੰਦਰ ਹੁਣ ਵੀ ਆਇਆ, ਅਤੇ ਬਸ ਫਾਈਨਲੀ ਅਸੀਂ ਪਹੁੰਚਣ ਵਾਲੇ ਸੀ। ਦੇਖ ਲਓ ਜੀ, ਪਹੁੰਚ ਵੀ ਚੁੱਕੇ ਹਾਂ, ਅਤੇ ਇਹ ਬਾਜ਼ਾਰ ਹੈਗਾ, ਅਤੇ ਰਸਤੇ ਦਾ ਜਿਹੜਾ ਬਾਜ਼ਾਰ ਹੈ ਮੈਂ ਕਹਿੰਦੀ ਹਾਂ ਦੇਖਣ ਲਾਇਕ ਸੀਗਾ ਜੀ। ਐਂ ਕਰਦਾ ਸੀ ਆਹ ਵੀ ਚੀਜ਼ ਲੈ ਲਈਏ, ਉਹ ਵੀ ਚੀਜ਼ ਲੈ ਲਈਏ, ਬਸ ਇਹ ਸੀ ਹੈ ਨਾ ਚੱਕ ਕੇ ਬੈਗ ਭਰ ਕੇ ਆਪਾਂ ਨੀਚੇ ਜਾਵਾਂਗੇ ਹੈ ਨਾ, ਹੁਣ ਅਸੀਂ ਪ੍ਰਸ਼ਾਦ ਲੈ ਰਹੇ ਹਾਂ ਅਤੇ ਹੈ ਨਾ ਚੱਕਾਂਗੇ ਕਿਵੇਂ। ਅਤੇ ਅੱਖਾਂ ਦੇ ਵਿੱਚ ਸਾਡੇ ਨੀਂਦ ਵੀ ਆ ਰਹੀ ਸੀਗੀ ਅਤੇ ਇੱਕ ਜੋਸ਼ ਵੀ ਸੀ ਹੈ ਨਾ ਵੀ ਅਸੀਂ ਜਾਣਾ ਹੈ ਨਾ, ਚੜ੍ਹਾਈ ਚੜ੍ਹਨੀ ਹੈ। ਕਹਿੰਦੇ ਨਾ ਜੇ ਅਸੀਂ ਨੀਂਦ ਦੇ ਚੱਕਰ 'ਚ ਰਹਿ ਜਾਂਦੇ ਹਾਂ ਨਾ ਵੀ ਰਸਤੇ 'ਚ ਰੈਸਟ ਕਰ ਲੈਂਦੇ ਹਾਂ, ਫਿਰ ਆਪਾਂ ਚੜ੍ਹਾਈ ਚੜ੍ਹਨ ਲਈ ਨਾ ਮਤਲਬ ਕਮਜ਼ੋਰ ਪੈ ਜਾਂਦੇ ਹੈਗੇ ਹਾਂ। ਬਸ ਜੇ ਕਹਿੰਦੇ ਨਾ ਜੇ ਚੜ੍ਹਦੇ ਜਾਓ, ਜੈ ਮਾਤਾ ਦੀ ਕਰਦੇ ਜਾਓ, ਬਸ ਇੰਨਾ ਕੰਮ ਕਰਨਾ ਹੁੰਦਾ। ਹੁਣ ਅਸੀਂ ਬਾਬਾ ਭੈਰੋ ਦੇ ਦਰਸ਼ਨ ਕਰਕੇ ਫਿਰ ਉਸ ਤੋਂ ਬਾਅਦ ਦੇਖ ਲਓ ਜੀ ਅਸੀਂ ਥੋੜ੍ਹੀ ਦੇਰ ਇੱਥੇ ਰੈਸਟ ਕੀਤਾ। ਜਗ੍ਹਾ ਹੈ ਨਹੀਂ ਸੀ, ਖਿੱਚ ਧੋ ਕੇ ਭਾਈ ਜਗ੍ਹਾ ਆਪਦੀ ਸੀ ਬਣਾਈ ਹੈ ਨਾ, ਅਤੇ ਅਸੀਂ ਰਾਤ ਕੱਟੀ। ਰਾਤ ਕੱਟਣ ਤੋਂ ਬਾਅਦ ਅਸੀਂ ਸਵੇਰੇ ਜਾਣਾ ਸੀਗਾ। ਬਹੁਤ ਅੱਛਾ ਇੱਕ ਪਾਸੇ ਹੈ ਨਾ LED ਲੱਗੀ ਹੋਈ ਸੀ, ਸਾਰਾ ਮਾਤਾ ਦਾ ਦਰਬਾਰ ਦਿਖਾ ਰਹੇ ਸੀ, ਦਰਸ਼ਨ ਹੋ ਰਹੇ ਸੀਗੇ, ਵੀਡੀਓ ਬਣਾ ਰਹੇ ਸੀ ਕਈ ਹੈ ਨਾ ਸ਼ਰਧਾਲੂ। ਮੈਂ ਇਸ ਤਰ੍ਹਾਂ ਪਈ ਸੀ, ਇਹ ਵੀ ਕਲਿੱਪ ਮੈਂ ਆਪਣੇ ਹਸਬੈਂਡ ਨੂੰ ਭੇਜਿਆ ਸੀਗਾ। ਮੈਨੂੰ ਕਹਿੰਦੇ ਤੂੰ ਕੀ ਕਰੀ ਜਾਂਦੀ, ਮੈਂ ਕਿਹਾ ਦੇਖ ਲਓ ਕੀ ਕਰੀ ਜਾਂਦੀ ਹਾਂ। ਅਤੇ ਜਿੱਥੇ ਵੀ ਹੈ ਨਾ ਜਿਸ ਜਿਸ ਨੂੰ ਵੀ ਜਗ੍ਹਾ ਮਿਲੀ, ਇਸ ਤਰ੍ਹਾਂ ਆਪਦੀਆਂ ਚਾਦਰਾਂ ਲਿੱਤੀਆਂ। ਮੈਂ ਤਾਂ ਇੱਕ ਸ਼ੋਲ ਲੈ ਕੇ ਗਈ ਸੀ ਅਤੇ ਸਵੀਟੀ ਭੁੱਲ ਗਈ, ਕਹਿੰਦੀ ਮੇਰੇ ਦਿਮਾਗ 'ਚ ਨਹੀਂ ਰਿਹਾ। ਅਤੇ ਠੰਡ ਨਾ ਸਵੇਰੇ ਭਾਈ ਇੰਨੀ ਹੋ ਗਈ ਬਹੁਤ ਹੀ ਜ਼ਿਆਦਾ, ਇਹ ਸਵੇਰ ਦਾ ਟਾਈਮ ਹੈਗਾ ਹੈ ਨਾ, ਅਤੇ ਬਹੁਤ ਅੱਛਾ ਵਿਊ ਹੈ। ਬਹੁਤ ਅਸੀਂ ਉੱਚੀ ਬਹੁਤ ਵੱਡੀ ਉੱਚੀ ਚੋਟੀ 'ਤੇ ਅਸੀਂ ਬੈਠੇ ਸੀਗੇ ਜਿੱਥੇ ਇੰਨੀ ਠੰਡ ਲੱਗ ਰਹੀ ਸੀ ਬਹੁਤ ਹੀ ਜ਼ਿਆਦਾ। ਇਹ ਵਾਲਾ ਵੈਸ਼ਨੋ ਮਾਤਾ ਦਾ ਟ੍ਰਿਪ ਤੁਹਾਨੂੰ ਕਿਵੇਂ ਲੱਗਿਆ, ਵੀਡੀਓ ਕਿਵੇਂ ਲੱਗੀ, ਮੈਨੂੰ ਜ਼ਰੂਰ ਦੱਸਿਓ। ਓਕੇ ਜੀ, ਬਾਏ ਬਾਏ।